हेलो 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 फिर आ गया देखा ये देखो आज थानू को बंदे हो दिख रहा होना एक नवा बंदा ठीक है ना क्या बात है हेलो 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 कर दो पहला गए सारे गुड मॉर्निंग हाय सत श्री अकाल वेलकम टू द व्लॉग आदाब वेलकम टू द व्लॉग क्या कही गोता जी हां जी ए गोता जी ब्याह तो बाद मसाले टकरे ने हां जी आपा पहला कंटिन्यू कर रहे थे कि भाई जी ने उन्होंने सानू बोलन नहीं दिता चलो हुन आपा करदे हां गौतम जी दसण गए आपे बारे चलो जी दसो नहीं नहीं बहुत चानना गौतम जी नहीं नहीं तुसी चानना बहुत तेरे को ट्यूबलाइट आ जा रहा है देखो हुन आपा सीरियस गल करदे हां ਗੋਤਾ ਭਾਈ ਆਇਆ ਸਾਡੇ ਨਾਲ ਵਿਆਹ ਤੋਂ ਬਾਅਦ ਪਹਿਲੀ ਵਾਰ ਅੱਜ ਮੱਤਾ ਟੇਕ ਕੇ ਚੱਲਿਆ ਮਹੀਨੇ ਬਾਅਦ ਵਿਆਹ ਭਾਈ ਤੂੰ ਭਾਈ ਦੱਸ ਆਪਣਾ ਐਕਸਪੀਰੀਅੰਸ ਤਾਂ ਦੱਸ ਯਾਰ ਵਿਆਹ ਤੋਂ ਬਾਅਦ ਦਾ ਕੀ ਕੁਛ ਤਾਂ ਦੱਸ ਬੰਦੇ ਨੂੰ ਵਿਆਹ ਕਰਾਉਣਾ ਚਾਹੀਦਾ ਹੈ ਕਿ ਨਹੀਂ ਮੇਰਾ ਐਕਸਪੀਰੀਅੰਸ ਹੈ ਯਾਰ ਆ ਤੂੰ ਆਪਣਾ ਦੱਸ ਨਾ ਤੈਨੂੰ ਕਿਹੋ ਜਿਹਾ ਲੱਗ ਰਿਹਾ ਆਪਾਂ ਨੂੰ ਤਾਂ ਪਤਾ ਹੁਣ ਤੂੰ ਆਪਣਾ ਦੱਸ ਤੈਨੂੰ ਕਿਹੋ ਜਿਹਾ ਲੱਗ ਰਿਹਾ ਵਧੀਆ ਲੱਗ ਰਿਹਾ ਵਧੀਆ ਲੱਗ ਰਿਹਾ ਜ਼ਿੰਦਗੀ ਵਧੀਆ ਲੱਗ ਰਹੀ ਹੈ 40 ਸਾਲ ਬਾਅਦ ਤੇਰਾ ਵਿਆਹ ਹੋਇਆ ਓਏ ਇੱਕ ਤਾਂ ਇਹ ਵਾਲੀ ਪਕਾਈ ਜੀ ਮਾਰਨੀ ਬੰਦ ਕਰੋ ਓਏ ਇਹ ਹੱਥ ਜੋੜਨ ਲੱਗ ਗਿਆ ਐਵੇਂ ਕਰਕੇ 40 ਸਾਲ ਬਾਅਦ 40 ਸਾਲ ਬਾਅਦ ਯਾਰ ਭਾਈ 40 ਸਾਲ ਬਾਅਦ ਹੋਇਆ ਯਾਰ 42 ਸਾਲ ਬਾਅਦ ਹੋਇਆ ਯਾਰ ਤੂੰ 40 ਕਿਵੇਂ ਕਰਦੇ ਚਲੋ ਠੀਕ ਹੈ ਭਾਈ 42 ਸਹੀ 2 ਸਾਲ ਵਧਾ ਲਓ ਮੈਂ ਤਾਂ ਘਟਾਈ ਦੇ ਉਮਰ ਘਟਾ ਰਿਹਾ ਤੂੰ ਯਾਰ ਬੰਦੇ ਦੀ ਘਟਾਤੀ ਬਰੋ ਮੈਂ ਤਾਂ ਘਟਾ ਲਿਆ ਉਹਨੂੰ ਤਾਂ ਆਇਆ ਤੂੰ ਗੱਲ ਕਰ ਜ਼ਿੰਦਗੀ ਹੈ ਜ਼ਿੰਦਗੀ ਬਹੁਤ ਅੱਛੀ ਹੈ ਇਸ ਦੀ ਬਹੁਤ ਅੱਛੀ ਚੱਲ ਰਹੀ ਹੈ ਦੇਖੋ ਜੀ ਬਸਾਂ ਵਿਚਾਰੇ ਦਾ ਸਵਾਦ ਹੋ ਲੱਗੇ ਜੀ ਆ ਦੇਖੋ ਟਵੇਰਾ ਵਾਲੇ ਧੱਕਾ ਮਾਰਦੇ ਹੋਏ ਟਵੇਰਾ ਵਾਲੇ ਧੱਕਾ ਮਾਰਦੇ ਚਾਰੇ ਸਵੇਰੇ ਸਵੇਰੇ ਗੌਤਮ ਜੀ ਵੀ ਕਹਿ ਰਹੇ ਨੇ ਵੀ ਆਪਾਂ ਵੀ ਧੱਕਾ ਮਾਰਨਾ ਚਾਹੀਦਾ ਆਪਾਂ ਨੂੰ ਹੈਲਪ ਕਰਨੀ ਚਾਹੀਦੀ ਹੈ ਜੇ ਅੱਜ ਆਪਾਂ ਹੈਲਪ ਕਰਾਂਗੇ ਦੋ ਬੰਦੇ ਦੀ ਕਹਿੰਦਾ ਕੱਲ ਨੂੰ ਆਪਣੇ ਦੋ ਬੰਦੇ ਕਰਨਗੇ ਹੈਲਪ ਹੈ ਨਾ ਉਹ ਜਿੱਦਾਂ ਸਲਮਾਨ ਖਾਨ ਦੀ ਮੂਵੀ ਨਹੀਂ ਸੀਗੀ ਯੈਸ ਆਜ ਇੱਕ ਬੰਦੇ ਦੀ ਹੈਲਪ ਕਰਾਂ ਉਸਕੇ ਆਗੂ ਬੋਲੋ ਤਿੰਨ ਬੰਦੋਂ ਦੀ ਹੈਲਪ ਕਰੋ ਫਿਰ ਤੁਮ ਵੀ ਵੈਸੇ ਕਰੋ ਬਸ ਉਹ ਅੱਗੇ ਅੱਗੇ ਕਰਦੇ ਜਾਓ ਕਰਦੇ ਜਾਓ ਕਰਦੇ ਜਾਓ ਚੈਨ ਬਣ ਜਾਏਗੀ ਚੈਨ ਬਣ ਜਾਏਗੀ ਠੀਕ ਹੈ ਸਰ ਕੋਈ ਬਾਤ ਨਹੀਂ ਬਾਕੀ ਸਰ ਜੀ ਸਾਡਾ ਟੋਲ ਟੈਕਸ ਕੱਟਣਾ ਨਹੀਂ ਚਾਹੀਦਾ ਅਸੀਂ ਰੋਜ਼ ਜਾਂਦੇ ਆ ਜੀ ਅਸੀਂ ਬਲੌਗ ਬਣਾਉਂਦੇ ਆ ਘਰ ਵਿੱਚ ਕੋਈ ਗੱਲ ਨਹੀਂ ਵਲੌਗ ਚਲੋ ਆਪਾਂ ਹੁਣ ਸੜਕਾਂ ਯੂਜ਼ ਕਰਦੇ ਆ ਤਾਂ ਕਰਕੇ ਆਪਾਂ ਨੂੰ ਦੇਣਾ ਪੈਂਦਾ ਯਾਰ ਜਦ ਆਪਾਂ ਟੈਕਸ ਭਰਦੇ ਆ ਨਾ ਟੈਕਸ ਕਦੇ ਦਈਏ ਅਸਲ ਗੱਲ ਤਾਂ ਇਹ ਆ ਨਹੀਂ ਨਹੀਂ ਇਹ ਮੁੱਦਾ ਹੈ ਨਹੀਂ ਆ ਯਾਰ ਅੱਲੇ ਦਾ ਤੇ ਬਾਹਰ ਹੈ ਇਹਦਾ ਹੱਲੇ ਨਹੀਂ ਹੋਣਾ ਆਪਣਾ ਮੁੱਦਾ ਕਰਨਾ ਹੈ ਆਪਣਾ ਵੈਸੇ ਪਹਿਲਾ ਵਲੌਗ ਸਟਾਰਟ ਦਾ ਪੋਲਿਟੀਕਲ ਵਾਲੇ ਤੋਂ ਹੀ ਹੋਇਆ ਸੀਗਾ ਨਹੀਂ ਨਹੀਂ ਆਪਣਾ ਹੋਇਆ ਸੀਗਾ ਸਟਾਰਟ ਮੁੱਦਾ ਸੀਗਾ ਕਿ ਮੁੱਦਾ ਬਸ ਹੈ ਤਾਂ ਇੱਕ ਬਸੰਤ ਬਸ ਹੈ ਨਾ ਫਿਰ ਉਹੇ ਜਿਹਾ ਕੋਈ ਹੋਰ ਉਹੇ ਜਿਹਾ ਹੋਰ ਮੁੱਦਾ ਦੱਸੋ ਫਿਰ ਬਸ ਬਾਥਰੂਮ ਬਸਟ ਬਾਥਰੂਮ ਉਹ ਸਾਡਾ ਪਹਿਲਾ ਵਲੌਗ ਸੀਗਾ ਤੁਸੀਂ ਜਾ ਕੇ ਦੇਖੋ ਗਾਇਸ ਜੌਨੀ ਨੇ ਵੀ ਕਿਹਾ ਸੀ ਵੀ ਕੋਈ ਮੈਂ ਦਲ ਰਸੂਆ ਜਿਹੜਾ ਉਹ ਵੀ ਹਜੇ ਪੈਂਡਿੰਗ ਹੈ ਉਹ ਪੈਂਡਿੰਗ ਹੈ ਉਹ ਹਜੇ ਪੈਂਡਿੰਗ ਹੈ ਉਹ ਇੱਕ ਬਹੁਤ ਇਨਫੋਰਮੇਟਿਵ ਚੀਜ਼ ਸੀਗੀ ਜਿਹੜੀ ਦੱਸਣੀ ਸੀਗੀ ਪਰ ਕੋਈ ਗੱਲ ਨਹੀਂ ਥੋੜਾ ਡਿਲੇ ਹੋ ਗਿਆ ਆਪਾਂ ਦੁਬਾਰਾ ਦੱਸਾਂਗੇ ਸਾਰੇ ਬਿਜ਼ੀ ਬਹੁਤ ਸੀਗੇ ਬਾਕੀ ਚਲੋ ਤੁਹਾਨੂੰ ਹੋਰ ਦੱਸ ਦੇਣ ਦਿੰਦੇ ਅਪਡੇਟ ਇਹ ਦੇਖੋ ਰਸਤਾ ਬਹੁਤ ਸੋਹਣਾ ਮੌਸਮ ਵੀ ਬਹੁਤ ਘੈਂਟਾ ਅੱਜ ਉਮਰ ਦਾ ਕੋਈ ਫਰਕ ਨਹੀਂ ਹੁੰਦਾ ਦੋਸਤੀ ਚ
ਸਾਰੇ ਅਲੱਗ ਅਲੱਗ ਉਮਰ ਦੇ ਬੈਠੇ ਆ ਠੀਕ ਹੈ ਇਹ ਇਹਦੀ ਇਹ ਹੈਗਾ ਜਿੰਨੇ ਵੀ 28-29 ਸਾਲ ਦਾ ਹੈ ਨਾ ਮੈਂ 30 ਸਾਲ ਦਾ ਹੈ ਇਹ 35 ਸਾਲ ਦਾ ਉਹ 40 ਸਾਲ ਦਾ ਤਾਂ ਸਾਰੇ ਬੈਠੇ ਆ ਆਲ ਏਜ ਗਰੁੱਪ ਕੋਈ ਮੈਟਰ ਨਹੀਂ ਹੈ ਕਿ ਇੰਨਾ ਕੋਈ ਛੋਟਾ ਕੋਈ ਬੜਾ ਚਲੋ 36 ਸਾਲ ਦਾ ਲਾ ਲਓ 36 ਸਾਲ ਦਾ ਯਾਰ ਕੋਈ ਸੀਨ ਐਗਜ਼ੈਕਟ ਤਾਂ ਕੋਈ ਸੀਨ ਨਹੀਂ ਹੈ ਪਰ ਆਪਾਂ ਇੱਕ ਵੈਸੇ ਗੱਲ ਕਰਦੇ ਹਾਂ ਕਿ ਉੱਪਰ ਨੀਚੇ ਹੈ ਜੀ ਉਮਰ ਦੇਖੋ ਪਰ ਦਿਲ ਮਿਲਿਆਂ ਦੇ ਮਿਲੇ ਹੋਏ ਜਿੱਦਾਂ ਸ਼ਰਮਾ ਜੀ ਕਹਿ ਰਹੇ ਸੀਗੇ ਕਿ ਬਸ ਦਿਲ ਮਿਲਣਾ ਜੀ ਤਾਂ ਦੋਸਤੀ ਤਾਂ ਚੱਲਦੀ ਰਹਿੰਦੀ ਹੈ ਕਿਉਂ ਚਾਰ ਪੰਜ ਸਾਲ ਹੋ ਗਏ ਇੱਥੇ 8 ਸਾਲ 9 ਸਾਲ ਹੋ ਗਏ ਇੱਧਰ ਵੀ ਬੈਠੇ ਇੰਨੇ ਸਾਲਾਂ ਤੋਂ ਇਕੱਠੇ ਹੀ ਬੈਠੇ ਹੈ ਕੋਈ ਫਰਕ ਨਹੀਂ ਕਿਉਂ ਸ਼ਰਮਾ ਜੀ ਵਧੀਆ ਗੱਲ ਆ ਨਾ ਓਕੇ ਆ ਮੌਸਮ ਦੇਖੋ ਠੰਡਾ ਹੋ ਗਿਆ ਬਾਰਿਸ਼ ਹੋ ਜਾਂਦੀ ਸਵੇਰੇ ਸਵੇਰੇ ਕਰਾਣੇ ਤੇ ਕਹਿੰਦੇ ਸੀ ਸਵੇਰੇ ਨਹਾਉਣ ਲੱਗੇ ਪਾਣੀ ਠੰਡਾ ਬਹੁਤ ਸੀਗਾ ਪਾਣੀ ਗਰਮ ਨਹੀਂ ਕੀਤਾ ਕਰਾਣੇ ਜੀ ਮਿਸ ਨਹੀਂ ਕਰ ਸਕਦੇ ਨਾ ਨਾਣਾ ਮਿਸ ਨਹੀਂ ਕਰਦਾ ਤੇ ਨਹਾਣਾ ਪੈਂਦਾ ਜੀ ਚਲੋ ਨਹਾਇਆ ਤਾਂ ਹੈ ਨਹੀਂ ਵਿਚਾਰਾ ਮੂੰਹ ਧੋ ਕੇ ਆ ਗਿਆ ਕੋਈ ਗੱਲ ਨਹੀਂ ਜੀ ਦੇਖੋ ਮੱਤਾ ਟੇਕਣ ਚੱਲੇ ਆ ਕੇ ਚੱਲੇ ਜੀ ਇਹ ਜਿਹਾ ਦਿਨ ਨਹੀਂ ਹੁੰਦਾ ਜਿੱਦਣ ਮੈਂ ਨਹਾਉਂਦਾ ਨਹੀਂ ਚਾਹੇ ਉਹ ਸਰਦੀ ਹੋਵੇ ਚਾਹੇ ਉਹ ਗਰਮੀ ਹੋਵੇ ਨਹਾ ਕੇ ਨਿਕਲਣਾ ਜੀ ਸੰਡੇ ਨੂੰ ਨਹੀਂ ਨਹਾਉਂਦਾ ਵਿਚਾਰਾ ਸੰਡੇ ਵੀ ਨਹਾਉਂਦਾ ਵੀਰੇ ਚਲੋ ਵਾਹ ਜੀ ਵਾਹ ਸੰਡੇ ਨੂੰ ਗੌਤਮ ਜੀ ਦਾ ਟਾਈਮ ਹੈਗਾ ਸ਼ਾਮ ਨੂੰ ਨਹਾਉਣ ਦਾ ਪਰ ਨਹਾਉਂਦਾ ਤਾਂ ਹੈਗਾ ਨਾ ਯਾਰ ਯਾਰ ਦੇਖੋ ਮੈਂ ਵੀ ਕਈ ਵਾਰ ਸ਼ਾਮ ਨੂੰ ਹੀ ਨਹਾਉਂਦਾ ਦੇਖੋ ਮੈਂ ਵੀ ਇਹ ਗੱਲ ਨਹੀਂ ਹੁੰਦੀ ਦੇਖੋ ਨਹਾਉਣਾ ਜ਼ਰੂਰੀ ਹੈ ਨਹਾਉਣਾ ਜ਼ਰੂਰੀ ਹੁੰਦਾ ਸਵੇਰੇ ਨਹਾਉਣਾ ਸ਼ਾਮ ਨੂੰ ਨਹਾਉਣਾ ਜ਼ਰੂਰੀ ਹੈ ਸਵੇਰੇ ਨਹਾਉਣਾ ਜ਼ਰੂਰੀ ਹੁੰਦਾ ਹੈ ਇਹਦਾ ਸਵੇਰੇ ਬ੍ਰਸ਼ ਵੀ ਨਹੀਂ ਕਰਦਾ ਸ਼ਾਮ ਨੂੰ ਇਹ ਕਰਦਾ ਹੈ ਜੀ ਗੱਲ ਇਹ ਵੀ ਸ਼ਰਮਾ ਜੀ ਜ਼ਿਆਦਾ ਹੋ ਗਿਆ ਜ਼ਿਆਦਾ ਹੋ ਗਿਆ ਇਹ ਸ਼ਰਮਾ ਜੀ ਨੂੰ ਥੋੜੀ ਆਦਤ ਹੈਗੀ ਆਪਣੇ ਨਾਲ ਲਾ ਦਿੰਦੇ ਆ ਹਲਕਾ ਜਿਹਾ ਪਰ ਕੋਈ ਗੱਲ ਨਹੀਂ ਇੰਨਾ ਕੁ ਚੱਲਦਾ ਆਪਸ ਇੱਕੋ ਜਿਹੇ ਹੋ ਜਾਂਦੇ ਸਾਰੇ ਕੋਈ ਗੱਲ ਨੀ ਵਧੀਆ ਇਹ ਲੱਗ ਰਿਹਾ ਵਧੀਆ ਹੋ ਰਿਹਾ ਅੱਜ ਪਹੁੰਚ ਗਏ ਆਪਾਂ ਫਿਰ ਤੋਂ ਆਪਣੇ ਦਰਬਾਰ ਤੇ ਬਾਬਾ ਜੀ ਦੇ ਦਰਬਾਰ ਤੇ ਮੌਸਮ ਚੈੱਕ ਕਰੋ ਹੈਲੋ ਗਾਇਸ ਤੈਨੂੰ ਇਕੱਠੇ ਦੇਖਿਆ ਹੈਲੋ ਗਾਇਸ ਹਮ ਪਹੁੰਚ ਗਏ ਹੈ ਹਮ ਪਹੁੰਚ ਗਏ ਹੈ ਮਾਥਾ ਟੇਕਨੇ 6:47 ਠੀਕ ਹੈ ਸਰ ਥੈਂਕ ਯੂ ਟਾਈਮ ਬਤਾਨੇ ਕੇ ਲੀਏ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਆਪਾਂ ਜਿੱਥੇ ਮੱਥਾ ਟੇਕਣਾ ਤੇ ਤਿੰਨ ਜਗ੍ਹਾ ਤੇ ਮੱਥਾ ਟੇਕ ਰਹੇ ਤੇ ਆਪਾਂ ਹੁਣ ਦੂਸਰੇ ਸਥਾਨ ਤੇ ਆਏ ਹਾਂ ਬਾਬਾ ਗੁਰਦਿੱਤਾ ਜੀ ਦੇ ਪਹਿਲਾਂ ਆਪਾਂ ਗਏ ਸੀ ਬਾਬਾ ਬੁੱਧਨ ਸ਼ਾਹ ਜੀ ਦੇ ਬਾਬਾ ਸ਼੍ਰੀ ਚੰਦ ਜੀ ਦੇ ਹੁਣ ਮੱਥਾ ਟੇਕਣ ਜਾਵਾਂਗੇ ਤੇ ਚਲੋ ਦੱਸ ਦਿੰਦੇ ਹਾਂ ਤੁਹਾਨੂੰ ਐਜ ਯੂਜੂਅਲ ਫੇਰ ਪਹੁੰਚ ਗਏ ਜੀ ਆਪਾਂ ਵਿਰਸਾ ਢਾਬਾ ਬੈਠੇ ਆਪਣੇ ਬੰਦੇ ਦੇਖੋ ਹੱਥ ਪੜਦੇ ਆਪਣਾ ਕਿਆ ਕਰ ਰਹੇ ਸੀਗਾ ਓਏ ਸ਼ਰਮਾ ਜੀ ਸਭ ਡੈਡ ਹੋ ਜਾਂਦੇ ਨਾ ਸਭ ਡੈਡ ਹੋ ਜਾਂਦੇ ਆ ਕਿਉਂ ਹੋਤੇ ਬਾਈ ਕੁਛ ਕੋਈ ਵਿਚਾਰ ਨਹੀਂ ਆਪਣੇ ਬੰਦੇ ਨੀ ਦੇਖਦੇ ਯਾਰ ਦਸ ਬੰਦਾ ਕਿਆ ਕਰੇ ਯਾਰ ਟਾਈਮ ਹੀ ਨਹੀਂ ਹੈ ਟਾਈਮ ਨਹੀਂ ਤੁਸੀਂ ਰਾਤ ਨੂੰ ਘਰ ਜਾ ਕੇ ਤੁਸੀਂ ਕੁਛ ਨਾ ਕੁਛ ਫੋਨ ਚ ਦੇਖਦੇ ਹੀ ਹੋਣੇ ਨਾ ਹੋ ਨਹੀਂ ਸਕਦਾ ਕਰਾਲਾ ਜੀ ਰੋਟੀ ਖਾਂਦੇ ਹੋਏ ਕੁਛ ਕਰਦੇ ਹੋਏ ਬੰਦਾ ਹੋਰ ਨੀ ਕੁਛ ਲਾ ਕੇ ਛੱਡ ਦਿੰਦਾ ਨਾ ਦੇਖੋ ਤੁਸੀਂ ਲਿੰਕ ਭੇਜ ਦੇ ਲਾ ਕੇ ਛੱਡ ਦੋ ਆਪਣਾ ਬੰਦਾ ਦਾ ਵਿਊ ਦਵੇ ਲਿੰਕ ਨਹੀਂ ਭੇਜ ਦੇ ਆਪਣੇ ਬੰਦੇ ਨਹੀਂ ਬਈ ਸਭ ਕੁਝ ਭੇਜਦੇ ਆ ਤੁਹਾਨੂੰ ਸਭ ਕੁਝ ਸਟੋਰੀਆਂ ਪੈਂਦੀਆਂ ਸਭ ਕੁਝ ਪੈਂਦਾ ਪਰ ਤੁਸੀਂ ਹਾਂ
है ही नहीं कोई नहीं बात नहीं आपकी मुझे भाई हमें लाइक करा हुआ है हमने ना? देखा भी है हमने मोटिवेशन मिलेगी दिन शुरुआत करन लगे हैं। इन्होंने अपना काम करना, इन्होंने अपना, मैं अपने नौकरी ते चल जाना जी। बस आपां फिर उस तो बाद कुछ नहीं होएगा। बाकी अगर होया तां व्लॉग नूं अगे किते कंटिन्यू कर लांगे, शाम नूं मिले, रात नूं, कल नूं अगे कंटिन्यू करके सू दिखाऊंगे। ठीक है, चलो चलो ठीक है सर। ओके जी, ओके, बाय बाय कर दो। ओके, बाय बाय करो। लाइक शेयर ते सब्सक्राइब करा ना जी। लाइक शेयर सब्सक्राइब, बस बेल आइकन जरूर दबाओ। बेल आइकन जरूर दबाओ। ओके जी, ठीक है।